ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ। ਅਤੇ ਅੱਜ ਜੀ ਪ੍ਰਧਾਨ ਕੋਲ ਆਏ ਆ ਜੀ, ਸ਼ਾਮ ਦਾ ਟਾਈਮ ਹੋ ਗਿਆ ਜੀ, 4 ਵੱਜ ਗਏ। ਬਾਕੀ ਜੀਰੀ ਬਣਾਉਣੀ ਆ ਜੀ ਪ੍ਰਧਾਨ ਜੀ ਨੇ, ਕੱਲ੍ਹ ਮਸ਼ੀਨ ਆਉਣੀ ਆ ਜੀ। ਥੋੜ੍ਹਾ ਜਿਹਾ ਰਸਤਾ ਖਰਾਬ ਹੋਇਆ ਪਿਆ ਜੀ, ਜਿਹੜਾ ਮੀਂਹ ਪਿਆ ਤਾ ਉਹਦੇ ਕਰਕੇ ਪਾਣੀ ਚੱਲਦਾ ਜੀ ਰਸਤੇ 'ਚ। ਅਤੇ ਕਾਲੇ ਚਾਚਾ ਵੀ ਦੇਖ ਕੇ ਗਿਆ ਸਵੇਰੇ ਰਸਤਾ, ਉਹ ਕਹਿੰਦਾ ਵੀ ਕਹਿੰਦਾ ਥੋੜ੍ਹੀ ਜਿਹੀ ਮਿੱਟੀ ਗੇਰ ਲਓ, ਕਹਿੰਦਾ ਸਾਈਡਾਂ, ਕਹਿੰਦਾ ਵੀ ਮਸ਼ੀਨ ਕਹਿੰਦਾ ਬੈਠਣਾ ਜਾਵੇ ਵੀ ਗਿੱਲਾ ਹੈ, ਉਹਦੇ ਕਰਕੇ ਹੁਣ ਮਿੱਟੀ ਲੱਗੇ ਆ ਜੀ। ਰਸਤਾ ਲੱਗੇ ਸਾਫ ਜਿਹਾ ਕਰਨਾ ਹੈ ਵੀ ਮਸ਼ੀਨ ਆ ਜਾਵੇ। ਬਾਕੀ ਪ੍ਰਧਾਨ ਜੀ ਵੀ ਆ ਗਏ ਹੋ, ਬਾਕੀ ਟੀਮ ਵੀ ਆਉਂਦੀ ਹੈ ਜੀ ਆਪਣੀ ਸਾਰੀ, ਰਸਤਾ ਸਵਾਰ ਦੇਣਾ ਜੀ। ਫਿਰ ਕੱਲ੍ਹ ਨੂੰ ਜੀਰੀ ਵਧਾਉਣੀ ਹੈ ਜੀ ਪ੍ਰਧਾਨ ਜੀ ਨੇ, ਸ਼ੁਰੂਆਤ ਕਰਨੀ ਹੈ ਜੀ ਕੱਲ੍ਹ ਨੂੰ। ਬਾਕੀ ਦੇਖਦੇ ਹਾਂ ਜੀ, ਰਸਤਾ ਲੱਗੇ ਪਿਆ ਜੀ ਲੋਡ ਕਰਨ ਹੁਣ ਮਸ਼ੀਨ ਦਾ, ਵੀ ਮਸ਼ੀਨ ਆ ਜਾਵੇ ਸਹੀ। ਸਤਿ ਸ਼੍ਰੀ ਅਕਾਲ ਜੀ, ਕੱਲ੍ਹ ਨੂੰ ਜੀਰੀ ਵਧਾਉਣੀ ਆ, ਥੋੜ੍ਹਾ ਜਿਹਾ ਰਸਤਾ ਖਰਾਬ ਤਾ ਜੀ ਉੱਦਣ ਦਾ ਜੀ, ਜਿੱਦਣ ਦਾ ਮੀਂਹ ਪਿਆ ਜੀ 3-4 ਰੇੜੇ ਗਿਰਨੇ, ਅੱਜ ਕਿਹਾ ਮਸ਼ੀਨ ਨੂੰ ਔਖਾ ਨਾ ਹੋਵੇ ਵੀ ਚੱਲ ਇੱਕ ਵਾਰੀ ਰਸਤਾ ਸਵਾਰ ਦੀ ਅੱਜ ਵਿਹਲੇ 'ਤੇ ਜੀ ਹੁਣ। ਬਾਕੀ ਟੀਮ ਵੀ ਆਉਂਦੀ ਆ, 3-4 ਰੇੜੇ ਪਾ ਕੇ ਰਸਤਾ ਬਣਾ ਦੀ ਵਧੀਆ ਜੀ, ਖੇਤ 'ਚ ਹੁਣ ਵਿਹਲਾ ਪਿਆ ਤਾ ਜੀ। ਮਹਾਰਾਜ ਦੀ ਕਿਰਪਾ ਹੋ ਗਈ। ਮੈਂ ਕਹਿੰਦਾ ਰੇਹੜੀ ਚੱਕੇ ਦਈਏ ਜੀ। ਨਹੀਂ ਤਾਂ ਫਿਰ ਕੁਛ ਨੀ ਲੱਗਣਾ ਹਸਮੀਰ ਬਾਈ, ਛੱਟੇ ਆਉਣਾ। ਨਹੀਂ ਲੱਗ ਜਾਣਾ ਸਭ ਦਾ ਨੰਬਰ, ਨਹੀਂ ਨਹੀਂ ਬੰਦੇ ਨੇ ਕਹਿੰਦਾ ਪਾਰਟੀ ਹੋ ਗਈ ਜੀ।
ਆਇਆ ਉਹਨੇ ਐ ਪਾਇਆ ਵਾ ਵੀ ਸੁੱਖਾਂ ਬਾਰ ਆ ਪਤਾ ਨਹੀਂ ਕਿਆ ਲਿਖਿਆ ਵਾ ਦੋਰਾ ਕੱਢ ਕੇ ਦਿਖਾਵਾਂ ਚੱਲ ਮੈਂ ਲਾਈਕ ਕਰਕੇ ਮੈਂ ਭਗਵਾਨ ਨੂੰ ਪੁੱਛ ਕੇ ਜਿੱਦਾਂ ਫਿਰ ਕਰਦੇ ਲਓ ਜੀ ਤਿੰਦਾ ਵੀ ਪਹੁੰਚ ਗਿਆ ਲਾਗੇ ਬੰਦੇ ਆਉਣ ਬਾਕੀ ਹੋਰ ਨੇ ਆ ਜਾਣਾ ਉਸ ਤੋਂ ਬਾਅਦ ਇੱਕੇ ਰੇੜੀ ਰਹਿ ਗਈ ਸਾਡੀ ਬਾਕੀ ਹਲੇ ਤਾਂ ਅੱਜ ਵੀ ਨਹੀਂ ਤੱਕਦੇ ਅੱਜ ਵੀ ਝੋਟਾ ਚੱਲੀ ਚੱਲਣੇ ਕੰਮ ਬਾਕੀ ਵੀ ਆਉਂਦੇ ਆ ਅਸੀਂ ਰੋਕਤੇ ਜੀ ਉਹ ਆਪਾਂ ਨੇ ਹੁਣ 241 ਆ ਖੀਰ ਨੂੰ 241 ਆ ਬਾਈ ਫਰਕ ਤਾਂ ਫਿਰ ਰਹਿੰਦਾ ਹੀ ਆ ਮਦਰੀ ਗੋਡੀ ਦੇ ਟਰੈਕਟਰ ਦਾ ਫਰਕ ਤਾਂ ਰਹਿੰਦਾ ਹੀ ਆ ਚਤਰਾਈਆ ਦਾ ਲਾਸਟ ਰੇੜੀ ਆ ਜੀ ਉਹਦੇ ਬਾਅਦ ਝੱਲੀਆਂ ਜਾਣਾ ਜੀ ਅਸੀਂ ਗੋਭੀ 'ਚ ਤਰਫਾਲੀ ਫੇਰਨੀ ਆ ਰੇਹ ਰੂਹ ਪਾ ਕੇ ਫਿਰ ਜਿੰਨੀਆਂ ਕੁ ਡੋਲਾਂ ਚੜ੍ਹਾ ਹੋਈਆਂ ਜਿੰਨੀਆਂ ਕੁ ਚੜ੍ਹਾ ਦੇਣੀਆਂ ਜਿੰਨਾ ਕੁ ਟਾਈਮ ਬਗਿਆ ਬਾਕੀ ਉਹ ਸਾਰੇ ਆਉਣ ਲੱਗੇ ਤੇ ਜੀ ਉਰੇ ਨੂੰ ਅਸੀਂ ਰੋਕਤੇ ਵੀ ਹੁਣ ਤਾਂ ਨਿਬੜ ਗਿਆ ਕੰਮ ਉਰੇ ਵੀ ਉੱਥੇ ਨੂੰ ਚੱਲਦੇ ਆ ਝੱਲੀਆਂ ਨੂੰ ਵੀ ਉਹ ਕਰਦੇ ਪਹਿਲਾਂ ਆਪਾਂ ਅਤੇ ਉੱਥੇ ਨੂੰ ਚੱਲ ਗਏ ਜੀ ਸਾਰੇ ਹੀ ਉਹ ਬਾਕੀ ਅਸੀਂ ਵੀ ਚੱਲੇ ਜੀ ਉੱਥੇ ਜਾ ਕੇ ਦਿਖਾਉਂਦੇ ਆ ਜੀ ਤੁਹਾਨੂੰ ਹੁਣ ਗੋਭੀ ਤਰਫਾਲੀ ਫੇਰਨੀ ਜੀ ਗੋਭੀ 'ਚ ਮੇਰੇ 16 ਫੁੱਟ ਦਾ ਝਰਨਾ ਤਾ ਉਹਦੇ ਮੁੜਦਾ ਨੀ ਤਾ ਮੇਰਾ 16 ਫੁੱਟ ਦਾ ਝਰਨਾ 12 ਦਾ ਹੀ ਆ 16 ਫੁੱਟ ਦਾ ਝਰਨਾ 4 ਫੁੱਟ ਸੜਕ ਲੈ ਕੇ ਤਾਂ ਟਿੱਪਰ ਮੁੜਿਆ ਪਿੰਡੇ ਨੇ ਮੰਗਾਏ ਜੀ ਟਰੱਕ ਮਿੱਟੀ ਦਾ ਬਾੜੇ 'ਚ ਲਿਜਾਣਾ ਤਾਂ ਉੱਥੇ ਗਿਆ ਨਹੀਂ ਜੀ ਬਾਕੀ ਉਰੀ ਲੱਗਿਆ ਜੀ ਤਾਰਨ ਹੁਣ ਕਾਹਨੂੰ ਲਾ ਦੋ ਟਰੈਕਟਰ ਬੰਦੇ ਲੈ ਲਾ 8-10 ਹਜ਼ਾਰ ਕਾਹਨੂੰ ਨਿਬੇੜ ਦੇਣੇ ਕਾਹਨੂੰ ਨਿਬੇੜ ਦੇਣੇ ਆਪੇ ਚੱਕ ਕੇ ਰਹਿਣ ਦੇ ਚੱਕ ਕੇ ਬਾਹਰ ਮੇਰੇ ਤਾਰਾਂ ਦੇਖੀ ਬਾਈ ਨੂੰ ਇੱਧਰ ਹੋ ਜਾ ਪੰਮੇ ਸਤਿ ਸ਼੍ਰੀ ਅਕਾਲ ਜੀ ਅੱਜ ਆਇਆ ਜੀ ਗੋਭੀ ਤੇ ਮਿੱਟੀ ਲਾਉਣ ਵਧੀਆ ਗਟਾਈ ਕਰਤੀ ਸੀ ਹਸਵੀਰਾਂ ਨੇ ਜੀ ਸਾਡੇ ਪਾ ਟਾਈਮ ਨਹੀਂ ਤਾਂ ਹੈਗਾ ਟੀਮ ਦੇ ਮੈਂਬਰ ਵੀ ਜ਼ਿਆਦਾ ਥੋੜ੍ਹੇ ਜਿਹੇ ਬੀਜੀ ਹੋਤੇ ਹੁਣ ਤਾਂ ਆਨਾ ਦੇ ਤੁਹਾਨੂੰ ਪਤਾ ਹੈ ਵੀ ਪੱਕੇ ਪਈ ਹੈ ਬਸ ਤਿਆਰੀ ਤਿਊਰੀ ਚੱਲਦੀ ਤੀ ਗੋਭੀ ਕਿੰਨੀ ਵੀ ਗੇੜਾ ਕਈ ਦਿਨਾਂ ਬਾਅਦ ਵੱਜਿਆ ਅੱਜ ਇਹਨਾਂ ਦੇਖਿਆ ਗਟਾਈ ਕਰੀ ਵੀ ਹੁਣ ਮਿੱਟੀ ਲੱਗੇ ਜੀ ਲਾਉਣ ਗੋਭੀ ਜਿਹੜੀ ਇਹਨਾਂ ਨੇ ਗੁੱਡੀ ਆ ਡੌਲਾਂ ਬਣਾ ਦੇਣੇ ਹੁਣ ਸਹੀ ਫਿਰ ਹੁਣ ਤਾਂ ਇਹਦੇ ਬਾਅਦ ਗੁੱਡਣ ਦੀ ਲੋੜ ਨਹੀਂ ਪੈਣੀ ਹੈਗੀ ਸਤਿ ਸ਼੍ਰੀ ਅਕਾਲ ਜੀ ਹੁਣ ਕਿਆ ਲੋੜ ਆ ਦੇਖੀ ਜਾਊਗੀ ਹੁਣ ਤਾਂ ਧਾਨਾ ਫਸ ਜਾਣਾ ਹੁਣ ਕਿਆ ਗੁੱਡਣੀ ਇਹ ਹੁਣ ਤਾਂ ਮਿੱਟੀ ਚੜਾ ਦਿਓ ਬਾਰੇ ਸਿੱਟ ਕੇ ਇੱਕ ਵਾਰੀ ਉਰੇ ਮੂਲੀ ਲਾ ਦਿਓ ਚਾਚੇ ਜਿਹੜਾ ਗੈਬ ਆ ਗੈਬ ਮੂਲੀ ਲਾਉਂਗੇ ਇਹਦੇ 'ਚ ਬਾਜੀ ਬਣਾਤੀ ਇੱਕ ਵਾਰੀ ਮੈਂ ਸਾਰੀ ਹੋ ਗਈ ਇਹਦਾ ਖੋਲ ਦਿੰਦਾ ਥੈਲਾ ਅੰਦਰ ਰੱਖ ਦਿਓ ਪਾਸੇ ਪਰ ਕਾਹੇ ਦੇ ਉੱਪਰ ਰੱਖ ਦੀ ਇਹਨੂੰ ਪੈਪ ਪੂਪ ਦੇ ਟੁੱਟੇ ਪਏ ਟੁੱਟੇ ਵੇ ਪਰ ਅੱਜ
ਜਾਨੂੰ ਚੱਲਣੀ ਜਾਨੂੰ ਸਾਡਾ ਮੰਦਾ ਪੈ ਜਾਣਾ ਥੋੜੀ ਜਿਹੀ ਲੇਟ ਹੋ ਗਈ ਮੂਲੀ ਹੁਣ ਉਹ ਚੱਲਣੀ ਚਾਹੀਦੀ ਸੀ ਇਹ ਹੁਣ ਰੇਟ ਬਹੁਤ ਹੈ ਲੇਟ ਹੋ ਗਈ ਥੋੜੀ ਰੇਟ ਜੋਗੀ ਹੈ ਕਿ ਟੀਮ ਜੋਗੀ ਹੈ ਚਲ ਟੀਮ ਨੇ ਖਾਣੀ ਟੀਮ ਖਾ ਲਵੇ 20 ਬੰਦੇ ਟੀਮ ਦੇ ਵਿੱਚ 18 ਡੌਲਾ ਦੋਨਾਂ ਦਾ ਰੌਲਾ ਪੈਂਦਾ ਪਹਿਲੇ ਹੀ ਵੀ ਖਾ ਜਣੀਆਂ ਹੈ ਹਾਂ ਇਹ ਤਾਂ ਇੱਕ ਅਸੀਂ ਤਜਰਬਾ ਕਰਿਆ ਵੀ ਕਿਆ ਕੁਛ ਹੈਗਾ ਕਿੰਨਾ ਪ੍ਰੋਗਰਾਮ ਚੱਲਦਾ ਗਾਹਾਂ ਨੂੰ ਵਧਾ ਦਾਂਗੇ ਦਹੀਂ ਮੜਾ ਯਾਰ ਪੱਤਾ ਕਦੇ ਸੁੱਕਦਾ ਉਹਨੇ ਵੀ ਰੇ ਪਾਓ ਹੁਣ ਯਾਰ ਫਟਾਫਟ ਫੇਰ ਦੇ ਦੇ ਕਿਆ ਪੱਤਾ ਕਦੇ ਸੁੱਕਦਾ ਬਾਈ ਜੀ ਲਾਗੇ ਜੀ ਡੌਣਾ ਚੜਾਉਣਾ ਪ੍ਰਧਾਨ ਜੀ ਵੀ ਪਹੁੰਚ ਗਏ ਪਹਿਲਾਂ ਉੱਧਰ ਪ੍ਰਧਾਨ ਜੀ ਦਾ ਰਸਤਾ ਸਵਾਰ ਕੇ ਆਏ ਆ ਹੁਣ ਇੱਧਰ ਲਾਗੇ ਜੀ ਵਿੱਚੇ ਤਿੰਦੇ ਦਾ ਟਿੱਪਰ ਆ ਗਿਆ ਮਿੱਟੀ ਦਾ ਉਹ ਵੀ ਧਰਾਇਆ ਏ ਕੰਮ ਚੱਲੀ ਜਾਂਦੇ ਆ ਜੀ ਅਤੇ ਬਾਕੀ ਥੋੜ੍ਹੀ ਜਿਹੀ ਆਪਣੀ ਵਿੱਚ ਵਿੱਚ ਗੋਭੀ ਕਿਤੇ ਜੀ ਬੂਟਾ ਹਲਕਾ ਤਾਂ ਮਰ ਲਿਆ ਉਹਦੀ ਜਗ੍ਹਾ ਆਪਾਂ ਨੇ ਮੂਲੀ ਲਾਉਣੀ ਹੈ ਜੀ ਪਾਣੀ ਲਾ ਕੇ ਹੁਣ ਡੌਲਾਂ ਚੜਾ ਦੇਣੀ ਆ ਜੀ ਫਿਰ ਮੂਲੀ ਲਾਵਾਂਗੇ ਜੀ ਉਹਦੇ ਇਹਦੇ ਵਿੱਚ ਚੱਲਦਾ ਜੀ ਕੰਮ ਗਰਮੀ ਤਾਂ ਹੈਗੀ ਬਹੁਤ ਕੱਪੜੇ ਪਾ ਲਏ ਅਸੀਂ ਦੂਏ ਪਾਰਟੀ ਵਾਲੇ ਹੀ ਬਾਕੀ ਹੁਣ ਖੋਲ੍ਹਣੇ ਪੈਣੇ ਜੀ ਕੱਪੜੇ ਤਾਂ ਹੀ ਚੱਲਣਾ ਕੰਮ ਨੇ ਵਿਕੇ ਡੌਲ ਚੜ੍ਹੀ ਹਲੇ ਤਾਂ ਕੰਮ ਪਿਆ ਖਾਸਾ ਕੱਪੜੇ ਖੋਲ੍ਹ ਕੇ ਹੀ ਚੱਲਣਾ ਜੀ ਚੱਲਣਾ ਚੜ੍ਹਾ ਕੇ ਛੱਡਾਂਗੇ ਅੱਜ ਚੱਲ ਮੰਮੇ ਦੂਈ ਡੌਲ ਨੂੰ ਮੂਹਰੇ ਲੱਗ ਗਿਆ ਮੈਂ ਤੇਰੀ ਰੀਸ ਥੋੜੋ ਹੋਣੀ ਆ ਸੱਤ ਦੇਖਲਾ ਫਿਰ ਪ੍ਰਧਾਨ ਨੂੰ ਕੱਟਣਾ ਮੈਂ ਦੇਖਦਾ ਜਾਈ ਤੂੰ ਕੱਟਦਾ ਬਸ ਕੱਟਤਾ ਆ ਦੂਈ ਡੌਲ ਆ ਥੋੜੀ ਪਹਿਲੀ ਆ ਮੇਰੀ ਦੂਈ ਡੌਲ ਆ ਇਹ ਦੇਖ ਲਓ ਇੰਨਾ ਫਰਕ ਗੇੜਿਆਂ ਦਾ ਫਰਕ ਹੈ ਮੈਸੀ ਹੋਈ ਥੋੜੋ ਆ ਬਾਈ ਲੈ ਪ੍ਰਧਾਨ ਕੱਦਾ ਕਰਦਾ ਕੱਟਣਾ ਨਹੀਂ ਕਹਿੰਦਾ ਮੈਂ ਕੱਟਤਾ ਲੈ 41 ਆ ਅਸੀਂ ਭਾਈ ਜੀਟਣਾ 25-20 ਯਾਰ ਲੈ ਹੁਣ ਤਾਂ 35-11 ਹੈ ਆ ਹੁਣ 35-11 ਹੌਲੀ ਹੌਲੀ ਚੱਲੂਗਾ ਕੰਮ ਹਾਂ ਚੱਲੇ ਤਾਂ ਪੈਕਰਾਂ 25-11 ਵਾਲੀ ਆ ਹਾਂ ਯਾਰ ਚਾਹੀਦੀ ਬਾਹਰ ਚ ਠੀਕ ਆ ਭਾਈ ਢਿੱਲਾ ਤਾਂ ਕਹਿੰਦਾ ਬੋਲਦਾ ਖੁੱਲ ਕੇ ਬੋਲ ਬੜਾ ਜਿਹਾ ਤੂੰ ਤਾਂ 6x6 ਹੋਰ ਬਾਈ ਹੋਰ ਹੈ ਨਹੀਂ 6x6 ਫੌਜੀ ਵਾਲੀ ਜੀਪ ਹੈ ਇਹਦੇ ਤੁਰੇ ਆ ਜਾ ਹੁਣ ਤੇ ਬੈਠਾ ਕਿਹੜਾ ਕੰਮ ਸਿੱਖ ਲੈ ਕੰਮ ਆਉਣਾ ਇਹ ਉਹਨੇ ਮੁੰਡੇ ਨੇ ਖੂਨ ਕਢਾਇਆ ਪਿਆ ਉਹਨੂੰ ਉਹਨੇ ਖੂਨ ਕਢਾਤਾ ਜੋ ਸਵੇਰ ਦੀ ਬਾਹੇ ਆਈ ਰੱਖੀ ਬੈਠਾ ਏ ਇੱਥੇ ਪਾਣੀ ਕਿੰਨੀ ਵਾਰੀ ਕਢਾਤਾ ਦੇਖ ਲੈ ਤੂੰ ਤੇਰੇ ਵਰਗਾ ਤਾਂ ਚਾਹੇ ਪੀਪਾ ਖੂਨ ਦਾ ਕਢਾ ਲਵੇ ਤੂੰ ਇੱਕ ਬੋਤਲ ਨੇ ਕਹੀ ਜਾਂਦਾ ਯਹੀ ਤੇਰੀ ਸਿਹਤ ਆ ਮੈਨੂੰ ਐਂ ਡਾਊਟ ਆ ਜਿਹਨੂੰ ਖੂਨ ਚੜਨਾ ਉਹਦਾ ਪਾਣੀ ਕਿਆ ਹੱਲ ਕਰਨਾ ਇਹਨੇ ਹਾਂ ਉਹ ਕਹਿੰਦੇ ਜਿਹਨੂੰ ਖੂਨ ਚੜੂ ਤੇਰੇ ਵਾਲਾ ਉਹਦਾ ਕਿਆ ਹੋਊਗਾ ਉੱਲੂ ਮੰਗੂ ਰਾਤ ਨੂੰ ਘੁੰਮੇ ਕਰੂੰਗਾ ਸਵੇਰੇ 10 ਵਜੇ ਉੱਠੇ ਕਰੂੰਗਾ ਇਹ ਬੰਦੇ ਦਾ ਕਮੈਂਟ ਕਰਦੇ ਮੂਲੀ ਲਾਓ ਉਹ ਲਾਓ ਗੋਭੀ ਲਾਓ ਕਹਿੰਦੇ ਹੋਰ ਮਾਸੜ ਦਾ ਹੋ ਗਿਆ ਕੱਪੜੇ ਦੇ ਬਾਹਰ ਬਾਈ
ਮੂਲੀ ਨਹੀਂ ਕਰੀ ਹੋਣੀ ਔਰ ਡੋਲ ਟੈਟਾ ਬਹੁਤ ਪੰਮੇ ਨੇ ਮੰਗਾਈ ਹੈ ਜੀ खाली करे करनी रेड़ी ਵਧੀ ਗੋਭੀ ਦੀ ਤਾਂ ਜੀ ਕਰਤੀ ਸੀ ਗੜਾਈ ਮੂਲੀਆਂ ਦੀ ਗੜਾਈ ਨਹੀਂ ਹੋਣੀ ਹੈਗੀ ਇਹਨਾਂ ਦੀ ਜਿਹੜਾ ਕੱਖ ਇਹਨਾਂ ਦਾ ਐਂ ਹੱਥਾਂ ਨਾਲ ਕੱਢ ਦੇਣਾ ਜੀ ਦੋ ਚਾਰ ਦਿਨ ਮੈਂ ਕੱਢ ਦੇਣਾ ਜੀ ਕਾਕੀ ਦਾ ਆਹ ਜਿਹੜਾ ਹੈਗਾ ਮਾੜਾ ਮੋਟਾ ਵਿੱਚ ਆਹ ਬਾਕੀ ਜੇ ਇਹਦੀ ਗੜਾਈ ਕਰਦੇ ਜੀ ਫਿਰ ਡੋਲਾਂ ਢੈਂਦੀਆਂ ਜੀ ਫਿਰ ਮੂਲੀ ਖਰਾਬ ਹੁੰਦੀ ਹਿੱਲੀ ਜਾਂਦੀ ਹੈ ਜੀ ਇਹਦਾ ਹੱਥਾਂ ਨਾਲ ਕੱਖ ਕੱਢ ਦੇਣਾ ਜੀ ਐਂ ਬਸ ਬੈਠ ਬੈਠ ਉਹ ਲੈ ਕੇ ਦਾਤੀ ਲੈ ਕੇ ਹਾਂ ਗੜਾਈ ਹੋ ਜੂ ਮਾੜੀ ਨਾਲ ਜੀ ਕੱਢੇ ਕਰਾਂਗੇ ਪਰ ਹੁਣ ਇਹ ਤੋਂ ਬਾਅਦ ਮੂਲੀ ਪਰ ਫਿਰ ਉਹ ਤੋਂ ਬਾਅਦ ਇਹਨਾਂ ਨੂੰ ਬੜਾਈ ਪੈ ਜਾਣੀ ਜੀ ਆਪਣੇ ਜੀਰੀਆਂ ਪੱਕ ਗਈਆਂ ਬਸ ਕੱਲੂ ਸਪਰੇ ਕਰੀ ਕੱਲੂ ਬਾਕੀ ਇੱਕ ਸਪਰੇ ਕਰਕੇ ਜੀ ਇਹਦਾ ਕੰਮ ਨਿਬੇੜ ਦੇਣਾ ਹੁਣ ਕੱਲੂ ਲਾਉਂਗੇ ਜੀ ਤਾਂ ਸਾਜਰੇ ਆਉਂਗੇ ਸਾਜਰੇ ਕੱਢਦੇ ਜੀ ਮੂਲੀ ਦਾ ਕੱਖ ਜਿਹੜਾ ਹੈਗਾ ਮਾੜਾ ਮੋਟਾ ਹਰਸ਼ਵੀਰ ਤੇ ਮਾਸਰ ਦੀ ਸ਼ਰਤ ਭਾਈ ਹਸਾਉਣਾ ਨੀ ਹੈਗਾ ਮੈਨੂੰ ਕਹੀ ਚਾਚੇ ਨੇ ਦਿੱਤੀ ਦਾ ਨਹੀਂ ਕਹੀ ਬਦਲ ਕਹੀ ਬਦਲ ਕਹੀ ਬਦਲ ਇਹ ਲੈ ਲੈਣੀ ਆ ਯਾਰ ਕਹੀ ਰਾ ਦੇ ਤੂੰ ਕਾਤੇ ਨਹੀਂ ਦੇਣੀ ਕਹੀ ਮਾਸੜ ਕਿੱਥੇ ਚਲੇ ਗਿਆ ਪੁਰਾਣਾ ਖੁੰਡ ਪੁਰਾਣਾ ਹੀ ਹੁੰਦਾ ਸਾਡੀਆਂ ਨਵੀਆਂ ਜੜਾਂ ਹਲੇ ਇਹ ਜਮਾ ਹੀ ਸੈਲ ਡਾਊਨ ਹੋ ਗਏ ਮਸਲ ਜਮੀ ਹੌਲੀ ਹੋ ਗਿਆ ਇਹਨੂੰ ਤਾਂ ਮੈਂ ਵੀ ਕਰਤਾ ਬਾਅਦ ਚ ਆ ਕੇ ਲੈ ਨਾਲੇ ਕਹੀ ਬੇਕਾਰ ਆ ਪੰਮੇ ਕੋਲ ਕਹੀ ਬੇਕਾਰ ਤਾਂ ਵਿੱਚ ਪਿੱਛੇ ਰਹਿ ਗਿਆ
ਲੋ ਜੀ ਇੱਧਰ ਕੰਮ ਹੈਗਾ ਤਸੱਲੀ ਵਾਲਾ ਪ੍ਰਧਾਨ ਸਾਹਿਬ ਦਾ ਓਕੇ ਜੀ ਹੁਣ ਮਾਰਦੀ ਹੈ ਝਾਟਾ ਵਫਾ ਟੀਮ ਆਈ ਵੀ ਸਾਰੀ ਹੌਸਲੇ ਕਰ ਕੰਮ ਹੋ ਜਾਂਦਾ ਜੇ ਸਾਰੇ ਜਾਣੇ ਹੋਣ ਨਾ ਫਿਰ ਕੰਮ ਨਿਬੜ ਜਾਂਦਾ ਅੱਧੇ ਘੰਟੇ ਦਾ ਕੰਮ ਹੋਰ ਆ लो जी चढ़ाती जी बटा गोभी दियाँ गोभी का काम निबड़ गया जी ये गडाई करती थी दो दिन में हसवीर ने करी जी कल ने मैंबर थोड़ा पहले भी दसिया भी साढ़े बीजी थे थोड़े जे बाकी हूँ कमेटी साड़ी मैंबर कट्ठे हो गए चढ़ाती अद्धा घंटा ही लाया जी बाकी कल प्रधान जी ने जीरी बढ़नी असी वो भी थोड़ा दिखावे बाकी वीर सारे बेनती है भी सेवा करते रहा करो सेवा फल कहने जरूर लगता हूँ देखो प्रधान जी ने लंगर सुखया वा था चार साल हो गए मुंडे गए न उत्थे सुखना पूरी करती हूँ कहते न्यूजीलैंड एक लख कि 60,000 65,000 बंदा पक्का करना भी सानू आस पक्की है 100% आस है भी प्रधान जी के मुंडे का नंबर उसके आ जाना हाँ जी बाकी सेवा का ही फल होंगे जी कर्म वाले नूं मिलदी है जी जरूरी चाहिए सेवा भी करनी ठीक है चलो ठीक है जी बाकी कल जीरी का दिखावांगे जी प्रधान जी बढ़नी है जीरी ब्लॉग बनाऊंगे मीं ना पिया ਬੱਦਲ ਵੀ ਬਹੁਤ ਹੋਇਆ ਵਾ ਬਾਕੀ ਠੀਕ ਆ ਜੀ ਚੱਲਦੇ ਜੀ ਹੁਣ ਘਰ ਨੂੰ ਬਾਕੀ ਧੋਂਦੇ ਜੀ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ